आए गोला सन गोला को मनाया ਮਾਂਜੀ ਇਹ ਜਿਹੜਾ ਇੱਥੇ 216 ਘੰਟੇ ਦਾ ਯੱਗ ਹੋ ਰਿਹਾ ਜਿਹੜਾ ਕਿ ਇੱਕ ਮਹਾਯੱਗ ਇੱਥੇ ਲੁਧਿਆਣੇ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਉਸ ਤੋਂ ਪਹਿਲਾਂ ਵੀ ਤੁਸੀਂ ਕਈ ਵਾਰੀ ਯੱਗ ਕਰਾਇਆ ਲੇਕਿਨ ਇਹ 216 ਘੰਟੇ ਦਾ 9 ਦਿਨ ਲਗਾਤਾਰ 24 ਘੰਟੇ ਦੇ ਨਾਲ ਇਹ ਜਿਹੜਾ ਯੱਗ ਹੋ ਰਿਹਾ ਇੰਨਾ ਮਹਾਯੱਗ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਲੋਕਾਂ ਨੂੰ ਸਰ ਮਾਂ ਬਗਲਾ ਮੁਖੀ ਪ੍ਰਾਂਗਣ ਦੇ ਵਿੱਚ ਇਹ ਯੱਗ ਹੋ ਰਿਹਾ ਮਾਂ ਆ ਸ਼ਕਤੀ ਆਦਬੋਨੀ ਮਾਂ ਜਗਦੰਬਾ ਮੇਰੀ ਮਾਂ ਬਗਲਾ ਦੀ ਦਕਸ਼ਾ ਦੇ ਵਿੱਚ ਹੋ ਰਿਹਾ ਸ਼ੁਰੂਆਤ ਹੋਈ ਸੀ 72 ਘੰਟੇ ਤੋਂ ਠੀਕ ਹੈ ਜੀ ਉਹ ਕਾਰਵਾਂ ਚੱਲਦਾ ਚੱਲਦਾ 216 ਘੰਟੇ ਤੇ ਪਹੁੰਚੇ ਹੈ ਹਜੇ ਸ਼ੁਰੂਆਤ ਹੈ ਮੈਂ ਬਾਰ ਬਾਰ ਰਿਪੀਟ ਕਰ ਰਿਹਾ 216 ਘੰਟੇ ਨੂੰ ਮੈਂ ਸ਼ੁਰੂਆਤ ਕਹਿੰਦਾ ਠੀਕ ਹੈ ਜੀ ਅੱਗੇ ਆਉਣ ਵਾਲੇ ਟਾਈਮ 'ਚ ਐਸੇ ਐਸੇ ਆਯੋਜਨ ਹੋਣਗੇ ਸਾਡੀ ਇੱਛਾ ਹੈ ਬਾਕੀ ਭਗਤ ਜੀ ਦੀ ਮਰਜ਼ੀ ਹੈ 30 ਦੇ 30 ਦਿਨ ਯੱਗ ਹੋਊਗਾ ਇੱਕ ਟਾਈਮ ਐਸਾ ਆਏਗਾ ਮਹਾਰਾਣੀ ਅਪਾਰ ਕਿਰਪਾ ਕਰੇਗੀ 24 ਘੰਟੇ ਯੱਗ ਚੱਲ ਰਿਹਾ ਮਹਾਰਾਣੀ ਦੇ ਚਰਨਾਂ 'ਚ ਇਹੀ ਅਰਦਾਸ ਹੈ ਵੀ ਜੋ ਇੱਥੇ ਜੋ ਮਨੋਕਾਮਨਾ ਲੈ ਕੇ ਆਉਂਦਾ ਮਹਾਰਾਣੀ ਉਹਦੀ ਮਨੋਕਾਮਨਾ ਪੂਰਨ ਕਰੇ ਖੁੱਲ੍ਹਾ ਸੱਦਾ ਹੈ ਜੀ ਕੋਈ ਕਿਸੇ ਚੀਜ਼ ਦੀ ਕੋਈ ਬੰਧਨ ਨਹੀਂ ਹੈ ਕਿਸੇ ਵੀ ਜਾਤੀ ਕਿਸੇ ਵੀ ਵਰਨ ਕਿਸੇ ਵੀ ਵਰਗ ਦਾ ਬੰਦਾ ਇੱਥੇ ਆ ਸਕਦਾ ਠੀਕ ਹੈ ਔਰ ਆਓ ਮਾਂ ਦੇ ਮਹਾਯੱਗ 'ਚ ਸ਼ਾਮਿਲ ਹੋਵੋ ਆਹੂਤੀ ਪਾਓ ਇਹੀ ਮਾਂ ਬਗਲਾ ਮੁਖੀ ਧਾਮ ਪੱਖਵਾਲ ਰੋਡ ਹੁਣ ਜਿਹੜਾ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਵੀ ਇਹਨੂੰ ਕਹਿੰਦੇ ਨੇ ਉੱਥੇ ਆਓ ਮਹਾਰਾਣੀ ਦੇ ਚਰਨਾਂ 'ਚ ਕੁਝ ਜਿਹੜੇ ਇੰਨੇ ਤੁਹਾਡੇ ਨਾਲ ਭਗਤ ਜਨ ਤੁਹਾਡੀ ਅਧਿਆਕਸ਼ਤਾ ਦੇ ਵਿੱਚ ਜੁੜੇ ਹੋਏ ਆ ਇੰਨੇ ਪ੍ਰੇਮ ਨਾਲ ਲੱਗੇ ਹੋਏ ਕੋਈ ਨਹੀਂ ਦੱਸਦਾ ਮੇਰੀ ਇੰਡਸਟਰੀ ਆ ਕੋਈ ਨਹੀਂ ਦੱਸਦਾ ਮੈਂ ਐਡਾ ਵੱਡਾ ਕਾਰੋਬਾਰੀ ਹਾਂ ਉਹ ਸਿਰਫ ਇੰਨਾ ਹੀ ਦੱਸ ਬੋਲ ਰਹੇ ਆ ਜਿਹਨੂੰ ਵੀ ਪੁੱਛਦੇ ਆ ਤੁਹਾਡਾ ਨਾਂ ਕੀ ਹੈ ਜੀ ਕਹਿੰਦਾ ਜੀ ਮੈਂ ਮਾਂ ਬਗਲਾ ਮੁਖੀ ਦਾ ਭਗਤ ਆ ਕੁਛ ਉਹਨਾਂ ਬਾਰੇ ਵੀ ਤੁਸੀਂ ਦੇਖੋ ਅਧਿਆਕਸ਼ਤਾ ਹੈਗੀ ਆ ਮਾਤਾ ਰਾਣੀ ਦੀ ਮੈਂ ਵੀ ਸੇਵਕ ਹਾਂ ਉਹ ਵੀ ਸੇਵਕ ਨੇ ਬਿਲਕੁਲ ਮਹਾਰਾਣੀ ਨੇ ਪਿਆਰ ਦਿੱਤਾ ਮਹਾਰਾਣੀ ਨੇ ਤੁਹਾਡੇ ਉੱਤੇ ਕਿਰਪਾ ਕੀਤੀ ਆ ਤੁਹਾਡੀ ਅਧਿਆਕਸ਼ਤਾ ਜਿਹੜੀ ਹੈਗੀ ਆ ਇਹ ਚੱਲੀ ਆ ਠੀਕ ਹੈ ਤੁਸੀਂ ਕਹਿ ਸਕਦੇ ਆ ਲੇਕਿਨ ਲੋਕੀ ਜਿਹੜੇ ਗਏ ਸਾਰੇ ਜਿਹੜਾ ਲੁਧਿਆਣਾ ਬੋਲਦਾ ਪਿਆ ਸਾਰਾ ਪੰਜਾਬ ਬੋਲਦਾ ਪਿਆ ਪ੍ਰਵੀਨ ਮਾਨ ਜੀ ਦੀ ਅਧਿਆਕਸ਼ਤਾ ਦੇ ਵਿੱਚ ਹੋ ਰਿਹਾ ਸਾਰੇ ਤੁਹਾਨੂੰ ਦੇਖ ਕੇ ਇੱਕ ਬੰਦਾ ਮਹਾਰਾਣੀ ਨੇ ਅੱਗੇ ਲਾਇਆ ਉਹਦੇ ਵਿੱਚ ਆ ਸਾਰੇ ਬੰਦੇ ਤੁਹਾਡੇ ਨਾਲ ਲੱਗਿਆ ਕੋਈ ਨਹੀਂ ਦੱਸਦਾ ਪਿਆ ਮੈਂ ਇੰਡਸਟਰੀਸਟ ਹਾਂ ਵੱਡਾ ਮੈਂ ਆ ਹਾਂ ਵੱਡੇ ਵੱਡੇ ਅਸੀਂ ਕੁਛ ਪਹਿਚਾਣਦੇ ਹਾਂ ਚਿਹਰੇ ਆ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਸਰ ਸਾਰਿਆਂ ਦਾ ਵੱਡਪਨ ਹੈ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਮਾਂ ਆਦਿ ਸ਼ਕਤੀ ਆਦਬੋਨੀ ਮਾਂ ਜਗਦੰਬਾ ਦੀ ਦਿਖਤਾ ਹੈ ਮੈਨੂੰ ਮੇਰੀ ਮਾਂ ਨੇ ਮੈਂ ਲਾਸਟ 30 ਈਅਰ ਤੋਂ ਮਾਂ ਦੀ ਸੇਵਾ 'ਚ ਹੈ ਠੀਕ ਹੈ ਜੀ ਮੇਰੀ ਮਾਂ ਨੇ ਮੈਂ ਖੁਦ ਇੱਕ ਵਪਾਰੀ ਹੈ ਗ੍ਰਸਤੀ ਹੈ ਮਹਾਰਾਣੀ ਨੇ ਮੇਰੇ 'ਤੇ ਅਪਾਰ ਕਿਰਪਾ ਕੀਤੀ ਮੇਰੇ ਆਪਣੇ ਆਪ ਕਹਿੰਦੇ ਕਹੀਏ ਕੋਈ ਕਮਲਾ ਜਾਂ ਰਮਲਾ ਜਾਂ ਪੁੱਤ ਨੂੰ ਮਾਂ ਪਿਆਰ ਕਰ ਲੈਂਦੀ ਹੈ ਮੈਂ ਤਾਂ ਉੱਦਾਂ ਦਾ ਕਮਲਾ ਰਮਲਾ ਜਾਇਆ ਜੀ ਨਾ ਮੈਂ ਬਾਲਾ ਪੜ੍ਹਿਆ ਲਿਖਿਆ ਨਾ ਮੈਨੂੰ ਕੋਈ ਗਿਆਨ ਨਾ ਮੈਂ ਕੋਈ ਸ਼ਬਦ ਗਿਆਨ ਹੈ ਮਹਾਰਾਣੀ ਦਾ ਅਸ਼ੀਰਵਾਦ ਸਦਕਾ ਮੇਰੀ ਮਾਂ ਬਗਲਾ ਮੁਖੀ ਪਰਿਵਾਰ ਦੀ ਟੀਮ ਮੇਰੀ ਗੱਲ ਮੰਨ ਲੈਂਦੀ ਅਸੀਂ ਸਾਰੇ ਮਲ ਕੇ ਸਿਰਫ ਪਰਿਵਾਰ ਹੈ ਹੋਰ ਕੋਈ ਗੱਲ ਨਹੀਂ ਠੀਕ ਹੈ ਬਾਜੂ ਆ ਤੁਹਾਡਾ ਪਰਿਵਾਰ ਉਹ ਇੱਦਾਂ ਹੀ ਵੱਧਦਾ ਫੁੱਲਦਾ ਰਹੇ ਹੌਲੀ ਹੌਲੀ ਯਾਨੀ ਕਿ ਇੱਥੇ ਜਿਹੜਾ ਹੈਗਾ ਹੁਣ ਵੀ ਬਹੁਤ ਜਿਹੜੇ ਹੈਗੇ ਸ਼ਰਧਾਲੂ ਪਹੁੰਚ ਰਹੇ ਨੇ ਮੇਰਾ ਖਿਆਲ ਹੈ ਕਿ ਅਗਲੇ ਆ ਸਾਲ ਜਦੋਂ ਆਵਾਂਗੇ ਤਾਂ ਤੁਹਾਨੂੰ 2-3 ਰਸਤੇ ਹੋਰ ਬਣਾਉਣੇ ਪੈਣੇ ਆ ਆਮ ਦੇ ਬਹੁਤ ਬਹੁਤ ਕਿਰਪਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਇਹ ਕਿਹੜੇ ਸਕੂਲ ਦੇ ਬੱਚੇ ਆ ਇਹ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਬੱਚੇ ਜਿਹੜੇ ਹੈਗੇ ਆ ਆਏ ਕਿੱਥੋਂ ਟੱਕਰਵਾਲ ਤੋਂ ਹਾਂਜੀ ਟੱਕਰਵਾਲ ਵਾਹ ਜੀ ਵਾਹ ਠੀਕ ਹੈ ਜੀ ਓ ਬੇਟਾ ਓ ਯਹਾਂ ਕਰੇ ਜੈ ਮਾਤਾ ਦੀ 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 ਅਰੇ ਆਵਾਜ਼ ਨਹੀਂ ਆਈ ਜੈ ਮਾਤਾ ਦੀ ਲੋਕੀ ਬੋਲੋ ਜੈ ਮਾਤਾ ਦੀ ਤੁਹਾਨੂੰ ਸਭ ਨਮਸਕਾਰ ਜੀ ਨਮਸਕਾਰ ਸਰ ਇੱਥੇ ਅੱਜ ਕਿੰਨਾ ਦਿਨ ਜੀ ਇਹ ਮਹਾਯੱਗ ਦਾ ਜਿਹੜਾ 216 ਘੰਟੇ ਦਾ ਮਹਾਯੱਗ ਹੁੰਦਾ ਪਿਆ ਇਹ ਅੱਜ 7ਵਾਂ ਦਿਨ ਚੱਲ ਰਿਹਾ ਅੱਜ 7ਵਾਂ ਦਿਨ ਚੱਲ ਰਿਹਾ ਕਿਸ ਤਰ੍ਹਾਂ ਦੀ ਕੋਈ ਕਿਸ ਤਰ੍ਹਾਂ ਲੋਕਾਂ ਦੀ ਸ਼ਰਧਾ ਕਿੱਦਾਂ ਦੀ ਤੁਸੀਂ ਦੇਖਦੇ ਆ ਇੱਥੇ ਕਿੰਨੀ ਕੁ ਜਨਤਾ ਆ ਰਹੀ ਆ ਰੋਜ਼ ਸ਼ਰਧਾ ਜੀ ਬਹੁਤ ਜ਼ਿਆਦਾ ਲੋਕਾਂ ਦੀ ਹੈਗੀ ਆ ਤੁਸੀਂ ਆਪ ਵੀ ਕਵਰ ਕਰ ਰਹੇ ਹੋ ਇਹਨੂੰ ਰੋਜ਼ ਤੁਸੀਂ ਆਪ ਹੀ ਦੇਖ ਰਹੇ ਹੋ ਕਿ ਸ਼ਰਧਾ ਵਾਲੇ ਤਾਂ ਮਤਲਬ ਅਸੀਂ ਜਿਹਨੂੰ ਬਿਆਨ ਨਹੀਂ ਕਰ ਸਕਦੇ ਉਹ ਇੱਥੇ ਰਸ਼ ਪੈ ਰਿਹਾ ਲੋਕਾਂ ਦਾ
इन्ना ज़्यादा लोग होम होम आके सारिया संगत पहुँच रही ने स्कूलों के बच्चे भी जिदा पहुँच रहे हैं कॉलेजों के बच्चे भी पहुँच रहे हैं समूह के बच्चे हाँ स्कूल कॉलेज इतने लैके आते हैं बगला मुखी धाम का लोगों पहले ही बड़ी है जरा सगा इतने की श्रद्धा सी लोगों की इस धाम के नाल तो हूँ इतने जरा यग कर रहे हैं तुम 216 घंटे का ये जरा यग है मेरा ख्याल लुधियाने के पहली बार हो रहा है यग ये जी 2014 च मंदिर की प्राण प्रतिष्ठा हुई सी हाँ जी उदों 72 घंटे का यग होया सी फरवरी में ठीक है जी उदों तो ही यह एक हर साल असी ठीक है तौर पर 72 घंटे तो वादे वादे अज 10 साल यग 216 घंटे से पहुँच गया है स्कूल के बच्चे जिमें तुसी दस रहे सीगे स्कूल के जिहड़े बच्चे है सवेरे 2 बजे तक साडा सवेर तो लैके 2 बजे तक का समा असी स्कूल के बच्चे ने स्पैशल रखिया जिहदे विच हजारां ही बच्चे आके मत्था टेक के बच्चे स्कूलां दे नहीं कॉलेजां दे भी बच्चे आंदे आ बीएड कॉलेज दे कल डीडी जैन बीएड कॉलेज दे बच्चे आए सीगे बिल्कुल जी बिल्कुल होर भी कई कॉलेजां दे बच्चे आंदे आ उहदे नाल की है कि जिवें एक बच्चियां नूं युवा पीढ़ी नूं संस्कृति नाल जोड़न दी एक कोशिश एक माध्यम है असी सारे स्कूलों साडी टीम ने जाके निमंत्रण दिते सीगे कि तुसी जिहड़ा हैगा सारे बच्चों स्कूल दियां नूं जरूर यग च आहुति देने लई बुलाओ जिवें कि तुसी देख रहे हो बाहर रक्तदान कैंप चल रहा सारे लोग जिहड़े हैगे रक्तदान भी नाल दी नाल जांदे जांदे कर रहे ने यानी कि इत्थे श्रद्धालु जिहड़े रक्तदान भी करके जांदे आ होर श्रद्धालुआं लई इत्थे की प्रबंध कीता है जिदा इत्थे जिहड़ा भंडारा चलदा पिया है भंडारा जिहड़ा लगातार ही किन्नी देर तक चलिया हाँ जी माँ लंगर नूं असीं माँ की रसोई का नाम दिता जी उन्होंने ठीक है जी ए राउंड द क्लॉक 24 आवर 216 घंटे लंगर चलता रहेगा यज्ञ भी 24 आवर राउंड द क्लॉक चलता तो भंडारा भी जिहड़ा है राउंड द क्लॉक चलता अखंड भंडारा चल रहा जी अखंड ही यज्ञ चल रहा ठीक है जी हाँ जी कोई होर ये श्रद्धालुओं बारे किदा दे मिलते हैं की थोड़ा एक्सपीरियंस है कि जिहड़े लुधियाने तो बहुत सारे इंडस्ट्री से आते हैं जिहड़े इत्थे बोलते भी नहीं कि मैं इस इंडस्ट्री तो सिर्फ जो पुछते हैं असं तो यही जवाब देंगे कि मैं तो भगत हाँ जी मैं तो बगला माता बगला मुखी का भगत हाँ या महंत प्रवीण जी की अध्यक्षता दे विच बहुत सारे लोग लुधियाना शहर तो भी जुड़े होर पंजाब तो भी जुड़े आ हाँ जी उन्हें बारे कुछ थोड़ा जिहा चानन पाना चाहूँगे कि किस तरह एडा वड्डा कट्ठ इत्थे आके एक जंगल दे विच मंगल लाता तुसीं सब तो पहला तो जी मैं महंत प्रवीण जी की मेहनत सदका धाम लई हाँ जी इस धाम की प्रसिद्धि लई कीती और जिन्नी मेहनत हुण कर रहे ने उन्हां नाल ही असी सारी टीम साडे 400 सेवक परिवार ने ठीक है भी परिवार है उन्होंने मेंबर जेड़े है लगातार ही इतने छुट्टी लैके इधर लगे हुए हैं संगत का जो मतलब मैनेज करना और इन्ना प्रॉपरली मैनेज हो रहा है साढ़े सारे जेड़े सेवक टीम है सेवक बा मगला मुखी परिवार है इन्होंने सारे मैनेजमेंट के नाल ही यह सच हो पा रहा है जितेंद्र जी का जी प्रथा हैगी नारियल वाली हाँ जी ये बारे कुछ चानन पाऊंगे की प्रथा है नारियल च बनया जाता भी ये लोगों के विश्वास है कि जो 2014 तो मंदिर की प्राण प्रतिष्ठा तो लैके जो महा अखंड महायज्ञ की शुरुआत हुई सी उस सफर की उदों तो ही नारियल कुंड की इत्थे स्थापना है स्थापना हुई हुई है ठीक है जी तो ये हज़ारा ही लोगों की मनोकामनावां पूरियां हुईयां अजे तक जेडे कि साडे सेवक परिवार ने वह भी हर सेवक की कोई ना कोई मनोकामना इतने नारियल कुंड से उती दे के पूरी हुई जेड़ा कि वह सेवा च जुड़ते गए जो इतने नारियल जेडे नारियल की व्यवस्था इतने मंदिर के ही हैगी है लोकी बाहरों अपना लेके आते लोकी बाहरों भी लिया सकते हैं लेकिन असी उन्होंने सुविधा के लिए सुविधा लिए इतने नारियल मंदिर चो मिल जाता है ठीक है जी इतने कोई भी उदा जो भी गुल्लक रखी हुई है जो उन्होंने नारियल दी कोई अपनी पाना चाहते श्रद्धा वो गुल्लक च पा सकते ने कोई उदा शुल्क नहीं रखा है जो उनकी श्रद्धा हो उदा कोई फिक्स शुल्क नहीं है जो उनकी श्रद्धा है वो दे विच पा सकता है ठीक है जी हाँ जी क्योंकि संत महात्मा ये कहते हैं कि अपना प्रसाद या कुछ भी नारियल आहुति ले लेने तो कुछ ना कुछ ਉਹਦੇ ਵਿੱਚ ਆਪਾਂ ਨੂੰ ਗੁਲਕ ਵਿੱਚ ਪਾਉਣਾ ਚਾਹੀਦਾ ਬਿਲਕੁਲ ਅੱਛਾ ਇੱਦਾਂ ਹੈਗਾ ਸੂ ਸਾਹਿਬ ਤੁਸੀਂ ਇਹ ਦੱਸੋ ਵੀ ਹਫ਼ਤੇ ਦੇ ਵਿੱਚੋਂ ਇੱਥੇ ਹਰ ਵੀਰਵਾਰ ਜਿਹੜਾ ਹੈਗਾ ਉਹ ਵੀ ਇੱਕ ਯੱਗ ਹੁੰਦਾ ਲਗਾਤਾਰ ਹੁੰਦਾ ਆ ਰਿਹਾ ਹਾਂਜੀ ਉਹ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਹੁੰਦਾ ਜੇ ਸ਼ਰਧਾਲੂਆਂ ਨੇ ਉਸ ਯੱਗ ਵਿੱਚ ਸ਼ਾਮਿਲ ਹੋਣਾ ਹੋਵੇ ਹਮੇਸ਼ਾ ਪ੍ਰਤੀ ਵੀਰਵਾਰ ਸ਼ਾਮੀ 7 ਵਜੇ
तो 11 बजे तक इतने यग होंगे। ठीक है जी। जो साप्ताहिक यग है। ठीक है जी। वो लो कष्ट निवारण यग, सुख समृद्धि यग। ठीक है जी। व्यापार वृद्धि लिए मनोकामना हर लोग कर देने थे। हर वीरवार को 7 बजे तो लेके 11 बजे तक इतने यग होंगे ही होंगे, जिसे बहुत सारे श्रद्धालु पहुँचते हैं। और यग के दौरान लंगर प्रसाद भी निरंतर चलता रहता जी। ठीक है जी। जो भगत जी संगीत वाले बंदे आते हैं तुहाडे कोल, उन्होंने कोई खास प्रोग्राम है भी जो भगत जेडे संगीत प्रेमी है या संगीत सुनने वाले या संगीत गाने वाले, उन्होंने कोई खास प्रोग्राम है? हाँ जी, 8 तो 17 फरवरी तक साढ़ा शामी 8 बजे माता दी चौंकी होंगी है। 8 हाँ जी। दो भजन हर कलाकार नू गाण दा इत्थे समा दिता गया है। ठीक है। जेड़ा कि वह सेवा च गा रहे ने। ठीक है जी। क्योंकि वीरवार दे जदों जग होंदे आ, ठीक है, हर साप्ताहिक जग विच वीरवार दे हर गायक जेड़ा भी इत्थे जेड़ा आना जावे गांदा जी, पहला नाम अपना लिखाया होवे पहला। हाँ जी। तो इतने दो भजन जेड़े अगे गा सकदा जी। ठीक है जी। बहुत बहुत धन्यवाद जी तुहाडा, तुसीं बहुत अच्छी जानकारी दित्ती। तो मैं अपने चैनल वालों लुधियाना दर्पण वालों यही उम्मीद करता भी जदों असी जंगल में मंगल लग्या तो जदों असी अगे तो आईए इतने तो इतने इस तो भी ज़्यादा लहरा बहरा हो, इस तरह लहरा बहरा तो हूँ भी नहीं कटदियाँ। यानी कि इतवार वाले दिन इतने मैं आया, पिछों ही मुड़ गया, बहुत ज़्यादा रश सी। तो अज भी चलो बच्चे आ रहे, स्कूलों के बच्चे आ रहे, रोज़ ही बच्चे आ रहे हैं। इतने अगे पिछे भी इतवार वाले दिन कई बार अस आने तो इतने काफ़ी श्रद्धालु जोड़े कि पहुँचते हैं। असं चाहते हैं भी इस धरती जिदा ही भाग लगते इदा के यगों के नाल जिथे यग होंगे हूँ उस धरती भाग लग जाते हैं, उस धरती की शक्ति जी है अपने आप ही महादेवी की कृपा के नाल बढ़ जाती है। तो इस जगह की भी ये जगह भी काफ़ी शक्ति प्राप्त कर चुकी है। इतने लोगों दिदा तुम दसते हैं मनोकामना पूरिया होंगे, तो लोग इतने श्रद्धालु जोड़े अगर लगातार आ रहे हैं तो अगे तो अगे भी श्रद्धालु आते रहे, तो उनकी मनोकामना थोड़ी कृपा के नाल थोड़े सहयोग के नाल थोड़े जी अगर 400 परिवारों का जोड़ा परिवार आ, परिवारों का एक समूह बनया आ जोड़ा इतने सेवा कर लग्या आ, उहदे विच भी अगे भगवान उन्होंने भी समर्था दे रखे, तो इस तरह यह सेवा चलती रहे। असी लुधियाना दर्पण वालों थोड़े बहुत बहुत धन्यवादी हैं।